ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਰੇਲਵੇ ਸਟੇਸ਼ਨ ਤੇ ਬਣੇ ਟੈਕਸੀ ਸਟੈਂਡ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ। ਪੁਲਿਸ ਅਤੇ ਟੈਕਸੀ ਚਾਲਕਾਂ ਦੇ ਵਿਚਾਲੇ ਹੱਥੋਂ ਪਾਈ ਵੀ ਹੋਈ। ਦਰਅਸਲ ਮਸਲਾ ਟੈਕਸੀ ਸਟੈਂਡ ਦੇ ਸ਼ੈੱਡ ਨੂੰ ਹਟਾਉਣ ਦਾ ਸੀ, ਜਿਸ ਤੇ ਕਾਰਵਾਈ ਕਰਨ ਲਈ ਜਦੋਂ ਹੀ ਰੇਲਵੇ ਪੁਲਿਸ ਦੇ ਮੁਲਾਜ਼ਮ JCB ਲੈ ਕੇ ਪਹੁੰਚੇ ਤਾਂ ਇਹਨਾਂ ਲੋਕਾਂ ਨੇ ਪੁਲਿਸ ਤੇ ਧਾਵਾ ਬੋਲ ਦਿੱਤਾ। ਇਸ ਦੌਰਾਨ ਜਿੱਥੇ ਪੁਲਿਸ ਤੇ ਪੱਗ ਉਤਾਰਨ ਦੇ ਇਲਜ਼ਾਮ ਲਗਾਏ ਗਏ, ਉੱਥੇ ਪੁਲਿਸ ਅਧਿਕਾਰੀਆਂ ਨੇ ਵੀ ਵਰਦੀ ਪਾੜਨ ਦੇ ਇਲਜ਼ਾਮ ਲਗਾਏ। ਵਿਰੋਧ ਕਰ ਰਹੇ ਟੈਕਸੀ ਚਾਲਕਾਂ ਦਾ ਕਹਿਣਾ ਸੀ ਕਿ ਅਦਾਲਤ ਦੇ ਹੁਕਮਾਂ ਤੇ ਟੈਕਸੀ ਸਟੈਂਡ ਚੱਲ ਰਿਹਾ, ਪਰ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ। ਮਹਾਰਾਜ, ਇੱਥੇ ਸਟੈਂਡ 40-50 ਸਾਲ ਤੋਂ ਪੁਰਾਣਾ ਸਟੈਂਡ ਹੈ, ਜਿਹਨਾਂ ਬਿਨਾਂ ਕਿਸੇ ਨੋਟਿਸ ਤੋਂ ਧੱਕੇਸ਼ਾਹੀ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨੂੰ ਅਸੀਂ ਆਪਣੇ ਸਟੈਂਡ ਤੇ ਬੈਠੇ ਸਾਂ, ਇਹਨਾਂ ਧੱਕਾ ਮੁੱਕੀ ਕਰਕੇ ਸਾਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ। RPF ਦੇ ਕਮਾਂਡਰ ਜਿਹੜੇ ਮੇਨ ਅਫਸਰ ਨੇ, ਉਹਨਾਂ ਅਫਸਰ ਸਾਹਿਬ ਖਾਂਦੇ ਹੋਏ ਮੇਰੀ ਪੱਗ ਆਪਣੇ ਹੱਥੀ ਲਾਈ ਆ। ਪੱਗ ਲਾਉਣ ਤੋਂ ਬਗੈਰ ਮੈਨੂੰ ਵਾਲਾਂ ਤੋਂ ਫੜ ਕੇ ਸਟੈਂਡ 'ਚੋਂ ਬਾਹਰ ਘਸੀਟ ਕੇ ਕੱਢਿਆ ਗਿਆ ਹੈ। ਔਰ ਮੈਂ ਪ੍ਰਸ਼ਾਸਨ ਨੂੰ ਮੰਗ ਚਾਹੁੰਦਾ ਮੇਰੀ ਪੱਗ ਦੀ ਵੀ ਜੋ ਵੀ ਆ ਮੈਨੂੰ ਇਨਸਾਫ ਦਵਾਇਆ ਜਾਵੇ, ਔਰ ਆਪਣੇ ਸਟੈਂਡ ਬਾਰੇ ਮੇਰੇ ਸਟੈਂਡ ਨੂੰ ਜੋ ਵੀ ਆ ਇੱਥੇ ਸਟੈਂਡ ਦਿੱਤਾ ਜਾਵੇ ਰੇਲਵੇ ਸਟੇਸ਼ਨ ਦੇ ਵਿੱਚ। ਔਰ ਸਾਰੇ ਜਿੱਥੇ ਬੰਦੇ ਨੂੰ ਮੈਂ ਅਪੀਲ ਕਰਦਾ ਹਾਂ ਵੀ ਮੈਨੂੰ ਮੇਰੀ ਪੱਗ ਦਾ ਇਨਸਾਫ ਦਵਾਇਆ ਜਾਵੇ। ਅਸੀਂ ਤਾਂ ਇਹੋ ਗੱਲ ਕਹਿੰਦੇ ਹਾਂ ਵੀ ਸਾਨੂੰ ਮਤਲਬ ਕਿ ਇੱਥੇ ਜਗ੍ਹਾ ਦਿੱਤੀ ਜਾਵੇ, ਜਿੱਦਾਂ ਸਾਡੇ ਕੋਲ ਪਹਿਲਾਂ ਸਾਡੇ ਦੋ ਟੈਕਸੀ ਸਟੈਂਡ ਦੇ ਚੱਲਣ ਡੇ ਆ, ਇੱਕ ਉਹਨੇ ਦਾ ਟੈਲਾ ਲਾ ਦਿੱਤੀ। ਦੂਜੀ ਜਿਹੜੀ ਸਾਡੀ ਸਟੈਂਡ ਵਾਲੀ ਜੇ ਕੋਈ ਪਾਰਕਿੰਗ ਵਾਲੇ ਨੂੰ ਦੇ ਰਹੇ ਆ ਵੀ ਪਾਰਕਿੰਗ ਦੀ ਜਗ੍ਹਾ ਟੈਕਸੀ ਸਟੈਂਡ ਖਤਮ ਹੈ, ਇੱਥੋਂ ਟੈਕਸੀ ਸਟੈਂਡ ਹੈ ਨਹੀਂ, ਇੱਥੇ ਹੈ ਹੀ ਨਹੀਂਗਾ। ਜਦੋਂ ਸਾਡੇ ਕੋਲ 2000 ਗਜ਼ ਜਗ੍ਹਾ ਪਹਿਲਾਂ ਸ਼ੁਰੂ ਤੋਂ ਹੈ, ਦੋ ਟੈਕਸੀ ਸਟੈਂਡ ਹੈ, ਦੋਨਾਂ ਕੋਲ ਹੀ ਸਾਡੇ ਕੋਲ ਜਗ੍ਹਾ ਹੈਗੀ ਆ। ਕੋਰਟ ਦੇ ਸਾਡੇ ਕੋਲ ਆਰਡਰ ਹੈਗਾ ਸਾਰੇ ਸਟੇ, ਸਾਡੇ ਕੋਰਟ ਦਾ ਕੋਈ ਮੰਨਦੇ ਨਹੀਂ, ਉਹ ਕਹਿੰਦੇ ਅਸੀਂ ਨਹੀਂ ਮੰਨਦੇ। ਉੱਤੋਂ ਆ ਕੇ ਇਹਨਾਂ ਨੇ ਢਾਹ ਦਿੱਤਾ, ਵੇਖੋ ਤੁਹਾਡੇ ਸਾਹਮਣੇ ਢਾਹ ਕੇ ਰਸਤੇ ਦਾ, ਅਤੇ ਅੱਗੋਂ ਕਹਿੰਦੇ ਇਹ ਰੇਲਵੇ ਵਾਲੇ ਕੁਲਦੀਪ ਸਿੰਘ ਆ। ਕੁਲਦੀਪ ਸਿੰਘ ਕੌਣ ਹੈ? ਉਹ IEEE ਵਾਲੇ ਅਤੇ ਇੱਕ ਹੈਗਾ CMI ਪ੍ਰਦੀਪ, ਉਹਨਾਂ ਢਵਾਇਆ ਜੀ ਆ ਉਹਨਾਂ ਕੋਲ ਨਾ ਕੋਈ ਪਰਮਿਸ਼ਨ ਹੈ ਢਾਣ ਦੀ, ਸਾਡੇ ਕੋਲ ਫਿਰ ਕੋਰਟ ਦੇ ਆਰਡਰ ਆ ਕੇ ਲਾਉਣ ਦੇ ਵੀ ਆਹ ਵੇਖੋ ਜੀ, ਅਤੇ ਇਹਨਾਂ ਦੇ ਟੂਟੀ ਵਗੈਰਾ ਸਾਰਾ ਸਾਡਾ ਤੰਬੂ ਵਗੈਰਾ ਜੋ ਵੀ ਟੈਂਟ ਅਸੀਂ ਲਗਾਏ ਹੋਏ ਆ ਉਹ ਉੱਤੇ ਉਹਦੇ ਲਿਖਿਆ ਹੋਇਆ ਉਹਨਾਂ ਨੇ, ਇਹਨਾਂ ਦੇ ਦੋ ਸਟੈਂਡ ਆ, ਦੋਨਾਂ ਸਟੈਂਡਾਂ ਦੇ ਉੱਤੇ ਮਤਲਬ ਟੈਂਟ ਲੱਗੇ ਹੋਏ ਇਹਨਾਂ ਦੇ, ਲੱਗੇ ਰਹਿਣ। ਅਤੇ ਕਿੰਨੀਆਂ ਗੱਡੀਆਂ ਦੋਵਾਂ ਸਟੈਂਡਾਂ ਵਿੱਚ? ਸਾਡੇ ਕੋਲ 40 ਗੱਡੀਆਂ, 40 ਗੱਡੀਆਂ ਸਾਡੇ ਕੋਲ ਹੈਗੀਆਂ ਜਿਹੜੀਆਂ ਸਾਡਾ ਟੈਕਸ ਅੰਦਰ ਰੇਲ ਨੂੰ ਜਾਂਦਾ। ਇਹਨਾਂ ਨੇ ਮੁੜ ਕੇ ਕਿਹਾ ਵੀ ਇਹਦਾ ਕੰਮ ਚੱਲਦਾ ਪਿਆ, ਇਸ ਕਰਕੇ ਇਹਨਾਂ ਨੇ ਟੈਕਸ ਬੰਦ ਕਰ ਦਿੱਤਾ, ਅਤੇ 2-3 ਮਹੀਨੇ ਦਾ ਟਾਈਮ ਦਿੱਤਾ ਜੀ ਅਸੀਂ ਫਿਰ ਲੈ ਲਾਂਗੇ ਸਾਡੇ, ਫਿਰ ਇਹਨਾਂ ਨੇ ਲਿਆ ਨਹੀਂ, ਫਿਰ ਸਾਨੂੰ ਅੱਜ ਆ ਕੇ ਕੱਢਣਾ ਚਾਲੂ ਕਰ ਦਿੱਤਾ ਨੇ, ਚਲੋ ਬਾਹਰ ਚਲੋ ਨਵੀਆਂ ਗੱਡੀਆਂ ਲਵਾਉਣੀਆਂ ਟੈਕਸੀਆਂ ਲਿਆ ਦਿੱਤੀਆਂ। ਇਹਦੇ ਵਾਸਤੇ ਤੁਸੀਂ ਕੋਈ ਕਾਨੂੰਨ ਦਾ ਸਹਾਰਾ ਲਿਆ ਜਾਂ ਅਦਾਲਤ ਦਾ ਸਹਾਰਾ ਲਿਆ? ਅਦਾਲਤ ਨੇ ਕੋਰਟ 'ਚ ਕੇਸ ਲੱਗਾ ਹੋਇਆ ਸਾਡਾ, ਸਾਡੇ ਕੋਲ ਇਹਨਾਂ ਨੂੰ 5000 ਜੁਰਮਾਨਾ ਪਿਆ ਰਿਹਾ, ਰੇਲ ਨੂੰ 5000 ਕਰ ਕਿਸ ਗੱਲ ਜੁਰਮਾਨਾ ਪਿਆ ਹੈ, ਕਿਸ ਗੱਲ ਜਿਹੜੀ ਉੱਥੇ ਨਹੀਂ ਪਹੁੰਚੇ ਤਰੀਕ ਦੇ ਉੱਤੇ। ਅਤੇ ਹੁਣ ਕੀ ਮੰਗ ਕਰਦੇ ਜੀ? ਮੰਗ ਇਹੋ ਹੀ ਆ ਵੀ ਆਪਣੇ ਵੀ ਸਾਨੂੰ ਇੱਥੇ ਬਹਿਣ ਦਿੱਤਾ ਜਾਵੇ, ਜੇ ਨਹੀਂ ਕਰਦੇ ਫਿਰ ਨਹੀਂ ਕਰਦੇ ਤੇ ਫਿਰ ਅਸੀਂ ਧਰਨਾ ਲਾਵਾਂਗੇ। ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਸੀ, ਇਸ ਲਈ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਟੈਕਸੀ ਸਟੈਂਡ ਨੂੰ ਹਟਾਉਣ ਦੇ ਹੁਕਮ ਸਨ, ਲਿਹਾਜ਼ਾ ਮੌਕੇ ਤੇ ਪਹੁੰਚੇ, ਪਰ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨਾਲ ਹੱਥੋਂ ਪਾਈ ਕੀਤੀ ਹੈ। ਸਰ, ਬਾਤ ਐਸੇ ਥੀ ਕਿ ਜੋ ਹੈ ਇਨ ਲੋਕੋ ਕਾ ਜੋ ਟੈਕਸੀ ਔਰ ਆਟੋ ਕਾ ਕੰਟੈਕਟ ਥਾ ਵੋ ਸਤੰਬਰ ਮਹੀਨੇ ਕੇ ਮਹੀਨੇ ਮੇਂ ਖਤਮ ਹੋ ਗਿਆ ਥਾ ਜੋ ਹੈ, ਔਰ ਰੇਲ ਪ੍ਰਸ਼ਾਸਨ ਨੇ ਇਨਕੋ ਬਾਰ ਬਾਰ ਨੋਟਿਸ ਦਿਆ ਹੈ ਕਿ ਆਪ ਯੇ ਜਗ੍ਹਾ ਖਾਲੀ ਕਰ ਦੋ, ਕਿਉਂਕਿ ਆਪਕੇ ਜੋ ਅਨਔਥੋਰਾਈਜ਼ ਟੈਕਸੀ ਲਗਾਨੇ ਕੀ ਵਜ੍ਹਾ ਸੇ ਜੋ ਹੈ ਪਬਲਿਕ ਕੋ ਬਹੁਤ ਯਹਾਂ ਪਰੇਸ਼ਾਨੀ ਆ ਰਹੀ ਹੈ। ਯੇ ਆਪਣੀ ਅਕਸਰ ਗਾੜੀਆਂ ਆਟੋ ਵਗੈਰਾ ਜੋ ਹੈ ਲੈਨ ਮੇਂ ਲਗਾ ਦੇਤੇ ਥੇ, ਤੋ ਜਬ ਲੋਕ ਪਬਲਿਕ ਆਤੀ ਅਪਨੀ ਗਾੜੀਆਂ ਲੇਨੇ ਕੇ ਲੀਏ ਜੋ ਹੈ ਪੂਰਾ ਪੂਰਾ ਯਹਾਂ ਜਾਮ ਲੱਗ ਜਾਤਾ ਥਾ, ਇਹ ਛੋਟੇ ਸੇ 100 ਮੀਟਰ ਸੇ ਏਰੀਆ ਮੇਂ ਨਿਕਲਨੇ ਕੇ ਲੀਏ ਵੀ ਕਮ ਸੇ ਕਮ 20-25 ਮਿੰਟ ਲਗਤੇ ਥੇ ਜੋ ਹੈ, ਤੋ ਪਬਲਿਕ ਕੰਪਲੇਂਟ ਹੋਈ ਇਸਕੇ ਅੰਦਰ ਜੋ ਹੈ ਪ੍ਰਸ਼ਾਸਨ ਕੋ ਜੋ ਹੈ ਔਰ ਪ੍ਰਸ਼ਾਸਨ ਇਨਕੋ ਨੋਟਿਸ ਦਿਆ ਕਿ ਆਪਕਾ ਕਬਜ਼ਾ ਯਹਾਂ ਗੈਰ ਕਾਨੂੰਨੀ ਹੈ, ਔਰ ਇਨਕੋ ਕਈ ਵਾਰ ਕਹਾ ਗਿਆ ਕਿ ਆਪ ਇਸਕੋ ਖਾਲੀ ਕਰ ਦੋ ਜੋ ਹੈ, ਪਰ ਇਹਨਾਂ ਨੇ ਕਦੀ ਸੁਣਵਾਈ ਨਹੀਂ ਕੀ। ਅਬ ਸਤੰਬਰ ਮਹੀਨੇ ਕੇ ਬਾਅਦ ਅੱਜ ਫਰਵਰੀ ਮਹੀਨਾ ਆ ਗਿਆ ਹੈ, ਠੀਕ ਹੈ ਜੀ, ਔਰ ਇਸ ਤੋਂ ਪਹਿਲੇ ਵੀ ਇਹਨਾਂ ਕੋ 2-4 ਵਾਰ ਕਹਾ ਗਿਆ ਖਾਲੀ ਕਰ ਦੋ ਆਪ, ਜੋ ਇਹਨਾਂ ਨੇ ਖਾਲੀ ਨਹੀਂ ਕੀਆ, ਤੋ ਇਸ ਸੰਬੰਧ ਮੇਂ ਯਾਨੀ ਕਿ ਜੋ ਹੈ ਰੇਲ ਪ੍ਰਸ਼ਾਸਨ ਹਮੇ ਬਾਰ ਬਾਰ ਜੋ ਹੈ ਸਬਮਿਟ ਪੱਤਰ ਦੇਤਾ ਰਹਾ, ਪੱਤੇ ਦੇਤਾ ਰਹਾ ਕਿ ਇਨਸੇ ਇਹ ਜਗ੍ਹਾ ਖਾਲੀ ਕਰਵਾਓ, ਕਿਉਂਕਿ ਇਹ ਕੰਪਰੀਹੈਂਸਿਵ ਪਾਰਕਿੰਗ ਯਹਾਂ ਬਣਨੀ ਹੈ, ਤਾਂ ਕਿ ਇਸ ਮੇਂ ਯਾਨੀ ਕਿ ਆਉਣ ਵਾਲੀ ਪਬਲਿਕ ਕੋ ਜੋ ਹੈ ਫਾਇਦਾ ਹੋ, ਉਹਨਾਂ ਕੋ ਸਪੇਸ ਪਬਲਿਕ ਕੋ ਕਾਫੀ ਸਪੇਸ ਮਿਲੇ ਇਸਕੇ ਅੰਦਰ ਜੋ ਹੈ, ਤੋ ਆਜ ਹਮ ਇਸੀ ਸਿਲਸਿਲੇ ਕੋ ਯਾਨੀ ਕਿ ਮੱਦੇਨਜ਼ਰ ਰੱਖਤੇ ਹੋਏ SS ਸਾਹਿਬ, CIMA ਸਾਹਿਬ, DOM ਸਾਹਿਬ ਜੋ ਹੈ, GRP ਕੇ SHO ਸਾਹਿਬ, ਸਿਵਲ ਪੁਲਿਸ ਔਰ ਹਮ RPF ਜੋ ਹੈ ਇਨਸੇ ਯਾਨੀ ਕਿ ਕਬਜ਼ਾ ਖਾਲੀ ਕਰਵਾਉਣੇ ਕੇ ਲਈ ਯਹਾਂ ਇਕੱਠੇ ਹੋਏ ਥੇ ਜੋ ਹੈ, ਤੋ ਹਮਨੇ ਇਨਸੇ ਬੜੇ ਪਿਆਰ ਸੇ ਨਿਵੇਦਨ ਕੀਆ
कि आप ये जगह खाली कर दो, आपका यहाँ कब्जा नजायज है, यानी कि जो है अनिल प्रशासन ने आपको 5 महीने का समय दिया है, 5 महीने के समय दौरान यानी कि आपने कोई स्टे नहीं लिया, जो है आप स्टे लीजिए, आप मोस्ट वेलकम हो, आप लगाइए, यानी कि आप जो है हम रेल प्रशासन की मदद के लिए हैं यहाँ पे, जो है हमें जो रेल प्रशासन का अधिकार मिलेगा, जो हमें यानी कि आदेश मिलेगा उसके मुताबिक कार्रवाई करेंगे। अगर आप स्टे ले लेते हो तो आप मोस्ट वेलकम यहाँ पे जो है झूठ बोल रहे हैं, खुद ही अपने आपने देखा, खुद ही देखा यानी कि जो है कैसे हम पे हमला कर रहे हैं, यानी कि जो है कुछ नहीं, आप देख ली यानी कि जो है खुद ही उन्होंने अपने आप ही किया, जो भी कुछ भी उन्होंने किया, सगो मेरी सगो यानी कि वो एक भाई साहब से पहले उसको हमने जैसे कहा भाई साहब उठ जाइए, आप जो है उठने की बजाय सीधा उसने हमला कर दिया, मुक्का मारने की कोशिश की, से पकड़ के वर्दी देख लीजिए फाड़ दी, यानी कि उन्होंने एक बीच में वो सरदार साहब थे, दारू पी रखी उसने जो है, आप स्मेल कर लीजिए उसको जाके, उसने अभी भी दारू पी रखी, यानी कि मेरे पे नहीं बल्कि सभी पुलिस वाले पे यानी कि हमला किया उन्होंने। कानून नु हत्थां च लेना जुर्म है, पर इत्थे तां शरेआम कानून दीआं धज्जियां उड़ाईआं गईआं, हुण टैक्सी स्टैंड वालिआं ते पुलिस अधिकारियों वल्लों इक दूजे ते इल्जाम लगाए जा रहे ने, पर प्रशासन नु अजिही किसी भी कार्रवाई तों पहलां तैयार बर तैयार रहना चाहीदा है, तां जो किसी भी तरह की अणसुखावीं घटना ना वापरे। हालांकि भारी जदोजहद तो बाद इस टैक्सी स्टैंड नु ढा दिता गया। अमृतसर तो सुखचैन सिंह दी रिपोर्ट, D5 चैनल पंजाबी। D5 चैनल पंजाबी हुणे सब्सक्राइब करो, बैल आइकन ते क्लिक करो।